ਚੱਕਰ ਪੈ ਗਿਆ ਨੀ ਵੀ ਉਹ ਬੱਚੀ ਨੇ ਦਵਾਈ ਕਿੱਦਾਂ ਖਾਧੀ, ਕਿਆ ਹੋਇਆ, ਉਹ ਸਰਪੰਚ ਦੇ ਘਰ ਆ, ਸਰਪੰਚ ਨੂੰ ਵੀ ਪਤਾ ਹੋਣਾ ਨਾ ਸਾਰੀ ਚੀਜ਼ ਦਾ। ਸਾਨੂੰ ਇਸ ਬਾਰੇ ਸਿਰਫ ਇੰਨਾ ਪਤਾ ਵੀ ਉਹਨੂੰ ਜੇ ਬੱਚੀ ਦਾ ਰੇਪ ਹੋਇਆ ਉਹਨੂੰ ਸਾਡੇ ਪਿੰਡ ਵਿੱਚ ਕਿਸੇ ਵੀ ਮੈਂਬਰ ਨੂੰ ਜਾਂ ਘਰ ਦੇ ਮੈਂਬਰ ਸਦੱਸ ਨੂੰ ਦੱਸਣਾ ਚਾਹੀਦਾ, ਫਰਜ਼ ਤਾਂ ਨਾ। ਗੁਰਦੁਆਰੇ ਸੌਦਾ ਲਿਆਉਣ ਗਏ, ਕਿਆ ਲਿਆਉਣ ਗਏ ਦੋਵੇਂ ਭੈਣ ਭਾਈ, ਰਾਸਤੇ 'ਚ ਉਹਨੇ ਘੇਰ ਲਿਆ ਜੇ ਮੁੰਡੇ ਦਾ, ਚਪੇੜਾਂ ਚਪੂੜਾਂ ਛੱਡੀਆਂ, ਉਹ ਨਠਾ ਤਾ ਉੱਥੇ, ਕੁੜੀ ਨੂੰ ਫੜ ਕੇ ਲੈ ਗਏ ਝਾੜੀਆਂ 'ਚ, ਕੁੜੀ ਨੂੰ ਫੜ ਕੇ ਲੈ ਗਏ ਝਾੜੀਆਂ 'ਚ। ਦੂਆ ਦਿਨ ਮਤਲਬ ਕਿ ਕਹਿੰਦੇ ਪਤਾ ਲੱਗਿਆ ਮੈਂ ਤਾਂ ਇੱਥੇ ਦੀ ਕੁੜੀ ਆ ਨਾ, ਮੈਨੂੰ ਜਿੱਦਾਂ ਇਹਨਾਂ ਨੇ ਦੱਸਿਆ ਮੇਰੇ ਭਰਾਵਾਂ ਨੇ ਵੀ ਆਹ ਗੱਲ ਹੋ ਗਈ ਪਿੰਡ ਤੋਂ, ਫਿਰ ਮੈਂ ਇੱਥੇ ਆ ਗਈ, ਮੈਂ ਕਿਹਾ ਇਹ ਕੁੜੀ ਦਾ ਇਨਸਾਫ ਕਰਕੇ ਅਸੀਂ ਨਾਲ ਖੜੇ ਆ। ਇਹ ਦੁਸ਼ਕਰਮ ਦਾ ਸਾਨੂੰ ਬਾਕੀ ਕੁਛ ਨੀ ਪਤਾ, ਸਾਨੂੰ ਐਂ ਕਹਿੰਦੇ ਵੀ ਜਿੱਦਾਂ ਸਰਪੰਚ ਦੇ ਘਰ ਬੱਚੀ ਦਾ ਰੇਪ ਹੋਣ ਤੋਂ ਬਾਅਦ ਸਰਪੰਚ ਦੇ ਘਰ ਆਈ ਸਪੁਰਤ ਕੀਤੀ ਗਈ ਨਰੇਗਾ ਵਾਲਿਆਂ ਨੇ ਨੋਧੇ ਮਾਜਰੇ ਤੋਂ, ਅਸੀਂ ਤਾਂ ਸਿਰਫ ਐਂ ਕਹਿੰਦੇ ਵੀ ਉਹ ਬੱਚੀ ਨੇ ਦਵਾਈ ਕਿੱਦਾਂ ਖਾਧੀ, ਕਿਆ ਹੋਇਆ, ਉਹ ਸਰਪੰਚ ਦੇ ਘਰ ਆ, ਸਰਪੰਚ ਨੂੰ ਵੀ ਪਤਾ ਹੋਣਾ ਨਾ ਸਾਰੀ ਚੀਜ਼ ਦਾ। ਸਾਨੂੰ ਇਸ ਬਾਰੇ ਸਿਰਫ ਇੰਨਾ ਪਤਾ ਵੀ ਉਹਨੂੰ ਜੇ ਬੱਚੀ ਦਾ ਰੇਪ ਹੋਇਆ ਉਹਨੂੰ ਸਾਡੇ ਪਿੰਡ ਵਿੱਚ ਕਿਸੇ ਵੀ ਮੈਂਬਰ ਨੂੰ ਜਾਂ ਘਰ ਦੇ ਮੈਂਬਰ ਸਦੱਸ ਨੂੰ ਦੱਸਣਾ ਚਾਹੀਦਾ, ਫਰਜ਼ ਤਾਂ ਨਾ। ਉਹ ਸਰਪੰਚ ਨੇ ਆਪਣੇ ਤਿੱਕਰੇ ਆਪੇ ਉਹ ਡਾਕਟਰ ਕੋਲ ਲੈ ਕੇ ਗਿਆ, ਆਪੇ ਉਹਨੇ ਟ੍ਰੀਟਮੈਂਟ ਕਰਾਇਆ ਕਿ ਨਹੀਂ ਕਰਾਇਆ, ਉਹ ਸਾਨੂੰ ਇਹਦੇ ਬਾਰੇ ਨਹੀਂ ਕੁਛ ਵੀ ਪਤਾ ਵੀ। ਅਸੀਂ ਕਹਿੰਦੇ ਸਾਡੀ ਬੱਚੀ ਨੂੰ ਇਨਸਾਫ ਮਿਲਣਾ ਚਾਹੀਦਾ, ਅਗਰ ਉਹਨੇ ਦਵਾ ਖਾਧੀ ਜਾਂ ਖਿਲਾਈ ਜਾਂ ਉਹਦੇ ਨਾਲ ਰੇਪ ਹੋਇਆ ਉਹ ਸਾਨੂੰ ਦੱਸਣਾ ਤਾਂ ਚਾਹੀਦਾ। ਤਾਂ ਉਹਨਾਂ ਨੂੰ ਘਰ ਦੇ ਕਿੰਨਾ ਪਰਿਵਾਰ ਮੈਂਬਰ ਹੈ, ਉਹਦਾ ਕਿੰਨਾ ਪਿੰਡ ਹੈ, ਕਿੱਡਾ ਬੜਾ, ਉਹਨਾਂ ਨੇ ਆਪਣੇ ਤੱਕ ਕਿਉਂ ਰੱਖੀ ਹੈ ਖਬਰ? ਇਹਦੇ ਵਿੱਚ ਜਾ ਕੋਈ ਉਹਦੇ ਘਰ ਦੇ ਮੈਂਬਰ ਮੌਜੂਦ ਹੋਊਗਾ ਤਾਂ ਹੀ ਉਹਨਾਂ ਨੇ ਇੱਦਾਂ ਰੱਖਿਆ ਸਾਤੋ ਲੁਕੋ। ਪਤਾ ਨਹੀਂ ਸੀ ਕੁਛ? ਨਹੀਂ ਜੀ, ਸਾਨੂੰ ਤਾਂ ਕਹਿੰਦੇ ਦੂਆ ਦਿਨ ਮਤਲਬ ਕਿ ਕਹਿੰਦੇ ਪਤਾ ਲੱਗਿਆ ਮੈਂ ਤਾਂ ਇੱਥੇ ਦੀ ਕੁੜੀ ਹੈ ਨਾ, ਮੈਨੂੰ ਜਿੱਦਾਂ ਇਹਨਾਂ ਨੇ ਦੱਸਿਆ ਮੇਰੇ ਭਰਾਵਾਂ ਨੇ ਵੀ ਆਹ ਗੱਲ ਹੋ ਗਈ ਪਿੰਡ ਤੋਂ, ਫਿਰ ਮੈਂ ਇੱਥੇ ਆ ਗਈ, ਮੈਂ ਕਿਹਾ ਇਹ ਕੁੜੀ ਦਾ ਇਨਸਾਫ ਕਰਕੇ ਅਸੀਂ ਨਾਲ ਖੜੇ ਹੈ ਵੀ ਇਨਸਾਫ ਇਸ ਕੁੜੀ ਨੂੰ ਜਦ ਤੱਕਰੀ ਦਾ ਸੰਸਕਾਰ ਨਹੀਂ ਹੋਣ ਦੇਣਾ, ਜਦ ਤੱਕਰੀ ਨੂੰ ਮਤਲਬ ਕਿ ਇਨਸਾਫ ਨਹੀਂ ਮਿਲਦਾ, ਉਹ ਜਿਹਨਾਂ ਨੇ ਇਹ ਦੁਸ਼ਕਰਮ ਕੀਤਾ ਉਹਨਾਂ ਨੂੰ ਸਜ਼ਾ ਨਹੀਂ ਮਿਲਦੀ, ਜਦ ਤੱਕ ਅਸੀਂ ਸੰਸਕਾਰ ਨਹੀਂ ਬੱਚੀ ਦਾ ਹੋਣ ਦੇਣਾ। ਵੀਰੇ ਸਾਡੇ ਨਾਲ ਉੱਥੇ ਗੁਰਦੁਆਰਾ ਝੰਡਾ ਜੀ ਸਾਹਿਬ ਹੈ, ਉੱਥੇ ਨਿਆਣੇ ਗਏ, ਇਹ ਇਹਦੇ ਮਾਂ ਵੀ ਨਹੀਂ ਹੈਗੀ, ਇਹ ਡੈਡੀ ਫਾਦਰ ਦੀ ਪਹਿਲਾਂ ਡੈਥ ਹੋ ਗਈ, 13 ਸਾਲ ਹੋ ਗਏ ਮਾਂ ਦੇ, ਡੇਢ ਦੋ ਸਾਲ ਮਾਂ ਤੱਕ ਡੈਥ ਹੋ ਗਈ। ਇਹਨਾਂ ਕੋਲ ਇਹਦੀ ਨਾਨੀ ਰਹਿੰਦੀ ਉਰਾ, ਨਾਨੀ ਕੋਲ, ਨਾਨੀ ਉਹ ਦੇਖਭਾਲ ਕਰਦੀ। ਗੁਰਦੁਆਰੇ ਸੌਦਾ ਲਿਆਉਣ ਗਏ, ਮੈਨੂੰ ਕਿਆ ਲਿਆਉਣ ਗਏ ਦੋਵੇਂ ਭੈਣ ਭਾਈ, ਰਾਸਤੇ 'ਚ ਉਹਨੇ ਘੇਰ ਲਿਆ ਗਏ ਮੁੰਡੇ ਦਾ, ਚਪੇੜਾਂ ਚਪੂੜਾਂ ਛੱਡੀਆਂ, ਉਹ ਨਠਾ ਤਾ ਉੱਥੇ, ਕੁੜੀ ਨੂੰ ਫੜ ਕੇ ਲੈ ਗਏ ਝਾੜੀਆਂ 'ਚ ਨੂੰ। ਇਹ ਕੁਦਰਤੀ ਨਰੇਗਾ ਵਾਲੇ ਲੱਗੇ ਹੋਏ ਤੇ ਉਹਨੇ ਦੇਖਿਆ ਨਾ 10-15 ਮਿੰਟ ਬਾਅਦ, 10 ਮਿੰਟ ਹੋ ਗਏ ਵੀ ਉੱਥੇ ਝੀਵੀ ਝਾੜਾ ਪੈਂਦਾ, ਇੰਨੇ ਛੇਤੀ ਦਾ ਧਿਆਨ ਵੀ ਨਹੀਂ ਜਾਂਦਾ ਨਰੇਗਾ ਵਾਲੇ ਦਾ। ਜੇ ਕਈ ਉਹਨੇ ਤੀਵੇਂ ਜਾ ਕੇ ਭੱਜੀਆਂ ਗਈਆਂ ਤਾਂ ਉਹਨੇ ਕੁੜੀ ਦਾ ਕੱਪੜੇ ਪਵਾਏ ਜਾਣ, ਉਹ ਭੱਜ ਗਏ। ਫਿਰ ਉਹਨੇ ਮੌਜੂਦਾ ਸਰਪੰਚ ਬੁਲਾ ਲਿਆ ਸਾਡਾ, ਸਰਪੰਚ ਉਹਨਾਂ ਨੂੰ ਲਿਆ ਬਿਠਾਲ ਕੇ, ਬਸ ਸਵੇਰ ਨੂੰ ਪਤਾ ਲੱਗਿਆ ਕਹਿੰਦੇ ਕੁੜੀ ਦੀ ਡੈਥ ਹੋ ਗਈ। ਘਬਰਾ ਗਈ ਨਾ, ਡਰ ਗਈ ਕੁੜੀ, ਕਹਿੰਦੀ ਕਿਆ ਖਾ ਲਿਆ ਕਿਆ ਨਹੀਂ ਖਾ ਲਿਆ। ਇੱਕ ਤਾਂ ਉਹਨੇ ਰੇਪ ਕੀਤਾ, ਸਾਰੇ ਪਿੰਡ 'ਚ ਹੁਣ ਰੋਲਾ ਪੈ ਗਿਆ ਵੀ ਰੇਪ ਹੋ ਗਿਆ, ਕੁੜੀ ਨੂੰ ਰੇਪ ਹੋ ਗਿਆ, ਨਿਆਣਾ ਡਰੇ ਜਾਂਦਾ ਵੀ ਮੇਰੀ ਬਦਨਾਮੀ ਹੋ ਗਈ। ਬਾ ਉਹ ਰਲ ਕੇ ਲੋਕਲ ਹੋਸਪਿਟਲ 'ਚ ਲੈ ਗਏ, ਸਵੇਰੇ ਕਹਿੰਦੇ 5 ਵਜੇ ਪੂਰੀ ਹੋ ਗਈ। ਮੈਨੂੰ ਤਾਂ ਕੋਈ 8:30 ਵਜੇ ਪਤਾ ਲੱਗਿਆ ਜਾਂ ਮੈਂ ਆਇਆ ਉਰਾ, ਤਾਂ ਕਿਸੇ ਨਾ ਕੋਈ ਗੱਲਬਾਤ ਨਹੀਂ ਕੀਤੀ ਵੀ ਆ ਕੇ। ਫਿਰ ਮੈਂ ਚੌਂਕੀ ਨੂੰ ਫੋਨ ਕੀਤਾ ਵੀ ਭਾਈ ਇੱਦਾਂ ਆਹ ਗੱਲਬਾਤ ਹੋਈ, ਚੌਂਕੀ ਵਾਲੇ 20 ਮਿੰਟ 'ਚ ਉਰਾ ਪੁੱਜ ਗਏ। ਬਾਕੀ ਉਹਦੇ ਬਾਅਦ ਤਾਂ ਫਿਰ ਪੁਲਿਸ ਨਾਲ ਧੜਾਧੜ ਕੀਤੀ ਵੀ ਪੂਰੇ ਰੋਪੜ ਜ਼ਿਲ੍ਹੇ ਦੀ ਪੁਲਿਸ ਸਾਡੇ ਕੇਸ ਪਰੇ ਗੌਰ ਕਰ ਰਹੀ, ਇੱਕ ਤਾਂ ਚੱਕ ਲਿਆ ਵਾ ਦਿਨੇਸ਼ ਗੁੱਜਰ, ਇਹਦੇ ਦੱਸਣ ਮੁਤਾਬਕ ਹਲੇ ਦੇਖਿਆ ਹੈ ਨਹੀਂ। ਬਾਕੀ ਹੁਣ ਦੂਆ ਵੀ ਸ਼ਾਇਦ ਥੋੜ੍ਹੇ ਘੰਟਿਆਂ 'ਚ ਫੜਿਆ ਜਾਵਾ। ਬਾਕੀ ਕੁੜੀ ਦੀ ਉਮਰ 15 ਸਾਲ ਜੀ, ਇਹ ਪੋਸਟਮਾਰਟਮ ਹੋ ਗਿਆ, ਰਿਪੋਰਟ ਹੁਣ ਜੋ ਕਾਨੂੰਨ ਦੀ ਹੋਊਗੀ ਵੀ ਕਦੋਂ ਆਉਂਦੀ, ਕੱਲ੍ਹ ਆਉਂਦੀ ਕਿ ਪਰਸੋਂ ਆਉਂਦੀ। ਘਟਨਾ ਹੈਗੀ 30-12 ਦੀ, ਇੱਕ ਲੜਕੀ ਸੀ ਜੋ ਆਪਣੇ ਬ੍ਰਦਰ ਨਾਲ ਪਿੰਡ 'ਚ ਮੱਥਾ ਟੇਕ ਕੇ ਆ ਰਹੀ ਸੀ, ਤਾਂ ਰਸਤੇ ਵਿੱਚ ਜਿਹੜਾ ਹੈਗਾ ਦੋ ਲੜਕੇ ਸੀ, ਨੌਜਵਾਨ ਲੜਕੇ, ਉਹਨਾਂ ਜਿਹੜਾ ਪਹਿਲਾਂ ਇਹਨਾਂ ਕੁੱਟਮਾਰ ਕੀਤੀ, ਉਸ ਤੋਂ ਜਿਹੜੀ ਲੜਕੀ ਸੀ ਉਹਨਾਂ ਨੇ ਰੇਪ ਕੀਤਾ ਸੀ, ਜਿਸ ਤੋਂ ਬਾਅਦ ਵੀ ਜਿਹੜਾ ਹੈਗਾ ਲੜਕੀ ਨੇ ਤੰਗ ਆ ਕੇ ਇਸ ਹਾਦਸੇ ਤੋਂ
ਪੋਇਜ਼ਨ ਕੰਜ਼ੂਮ ਕਰ ਲਿਆ ਸੀਗਾ, ਜਿਹਦਾ ਕੱਲ੍ਹ ਜਿਹੜੀ ਹੈ ਸਵੇਰੇ 5 ਵਜੇ ਡੈਥ ਹੋ ਗਈ। ਜਿਸ ਵਿੱਚ ਜਿਹੜਾ ਇੱਕ ਦੋਸ਼ੀ ਹੈਗਾ ਉਹਨੂੰ ਅਸੀਂ ਅਰੈਸਟ ਕਰ ਲਿਆ, ਉਹ ਜਿਹੜਾ ਇੱਕ ਦੋਸ਼ੀ ਰਹਿੰਦਾ ਉਹਦੇ ਜਿਹੜਾ ਹੈਗਾ ਅਸੀਂ ਰੇਡਾਂ ਕਰ ਰਹੇ ਹਾਂ ਅਤੇ ਜਲਦੀ ਉਹਨੂੰ ਗ੍ਰਿਫਤਾਰ ਕਰਾਂਗੇ। ਜੀ ਨਕਲਾ ਜਿਹੜੀ ਐਫ ਆਈ ਆਰ ਹੈ 157 ਨੰਬਰ ਜਿਹੜੀ ਅਸੀਂ ਰਜਿਸਟਰ ਕੀਤੀ ਆ, ਉਹ ਅੰਡਰ ਸੈਕਸ਼ਨ 323, 341, 363, 366, 376 ਦੀ ਡੀ, 306 IPC ਦਰਜ ਕੀਤੀ ਹੈ, ਔਰ ਇਸ ਤੋਂ ਇਲਾਵਾ ਜਿਹੜੇ ਰੈਲਵੈਂਟ ਹੈ SC ST ਐਕਟ ਅਤੇ ਪੋਕਸੋ ਐਕਟ ਦੇ ਸੈਕਸ਼ਨ ਲਗਾਏ ਗਏ।